ਪਟਿਆਲਾ ਦੇ ਰਾਜਪੁਰਾ ਦੇ ਕੋਲ ਪਿਛਲੇ ਦਿਨ ਦੋ ਸਗੇ ਭਰਾ ਅਚਾਨਕ ਲਾਪਤਾ ਹੋ ਗਏ ਸੀ, ਜਿਸ ਤੋਂ ਬਾਅਦ ਪਟਿਆਲਾ ਜ਼ਿਲ੍ਹੇ ਦੇ ਨਾਲ ਲੱਗਦੇ ਇਲਾਕਿਆਂ 'ਚ ਵੀ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ। ਲੋਕ ਆਪਣੇ ਬੱਚਿਆਂ ਦੇ ਪ੍ਰਤੀ ਗੰਭੀਰਤਾ ਦਿਖਾਉਣ ਲੱਗੇ ਨੇ, ਪਰ ਇਸ ਦੇ ਬਾਵਜੂਦ ਇਲਾਕੇ 'ਚ ਘਟਨਾਵਾਂ ਲਗਾਤਾਰ ਵੱਧ ਰਹੀਆਂ ਨੇ। ਭਵਾਨੀਗੜ੍ਹ ਸਬ ਡਿਵੀਜ਼ਨ ਦੇ ਪਿੰਡ ਫੱਗੂਵਾਲਾ 'ਚ ਅੱਜ ਤੋਂ ਡੇਢ ਸਾਲ ਪਹਿਲਾਂ ਇੱਕ ਪ੍ਰਵਾਸੀ ਮਜ਼ਦੂਰ ਦੀ 4 ਸਾਲ ਦੀ ਧੀ ਪਿੰਡ 'ਚ ਖੇਡਣ ਗਈ ਸੀ, ਪਰ ਅਚਾਨਕ ਭੇਤ ਪ੍ਰਹਿਲਾਤਾਂ 'ਚ ਲਾਪਤਾ ਹੋ ਗਈ। ਉਸੇ ਦਿਨ ਤੋਂ ਪਰਿਵਾਰ ਵਾਲੇ ਘਰ ਦੇ ਦਰਵਾਜ਼ੇ ਤੇ ਨਜ਼ਰ ਟਿਕਾਈ ਬੈਠੇ ਨੇ ਕਿ ਕਦੋਂ ਉਹਨਾਂ ਦੀ ਬੱਚੀ ਆਵੇ ਤੇ ਉਹਨਾਂ ਦੇ ਘਰ ਲੱਗ ਜਾਵੇ। ਪਰਿਵਾਰ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਨਹੀਂ ਛੱਡਿਆ ਗਿਆ ਜਿਸ ਦੇ ਕੋਲ ਉਹਨਾਂ ਨੇ ਗੁਹਾਰ ਨਾ ਲਗਾਈ ਹੋਵੇ। ਇੱਥੋਂ ਤੱਕ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵੀ ਉਹਨਾਂ ਦੀ ਫੋਨ ਤੇ ਗੱਲ ਹੋਈ ਹੈ। ਉਹਨਾਂ ਨੇ ਵੀ ਭਰੋਸਾ ਦਿਵਾਇਆ ਕਿ ਤੁਹਾਡੀ ਧੀ ਸਹੀ ਸਲਾਮਤ ਘਰ ਪਹੁੰਚ ਜਾਵੇਗੀ, ਪਰ ਹੋਇਆ ਕੁਝ ਵੀ ਨਹੀਂ। ਗੁੰਮ ਹੋਣੇ ਦਾ 28/3/2018 ਕੋ ਬੱਚੀ ਗੁੰਮ ਹੋਈ ਸੀ ਸਰ, ਔਰ ਲਗਭਗ 4-3 ਸਾਲ, ਮਤਲਬ ਇੱਕ ਸਾਲ 4 ਮਹੀਨਾ ਲਗਭਗ ਬੀਤ ਚੁੱਕਾ ਹੈ ਸਰ ਅਭੀ ਤੱਕ, ਔਰ ਅਭੀ ਤੱਕ ਜੀ ਕੁਝ ਪਤਾ ਨਹੀਂ ਲੱਗਾ, ਕੋਈ ਸੁਰਾਗ ਨਹੀਂ ਲੱਗਾ। ਬੱਚੀ ਤੋਂ ਜੀ ਖੇਲਣੇ ਕੇ ਲਈ ਗਈ ਸੀ, ਖੇਲਤੇ ਖੇਲਤੇ ਗੁੰਮ ਹੋਈ ਸੀ। ਇਹ ਤਾਂ ਰਹੀ ਇੱਕ ਬੱਚੀ ਦੀ ਘਟਨਾ, ਪਰ ਇਸ 25 ਜੁਲਾਈ ਨੂੰ ਭਵਾਨੀਗੜ੍ਹ ਸਬ ਡਿਵੀਜ਼ਨ ਦੇ ਪਿੰਡ 'ਚ ਨੇੜੀ ਦਾ ਬੱਚਾ ਰੋਜ਼ਾਨਾ ਦੀ ਤਰ੍ਹਾਂ ਕੋਲ ਦੇ ਪਿੰਡ ਸਾਈਕਲ 'ਤੇ ਸਕੂਲ ਪੜ੍ਹਨ ਲੱਗਿਆ। ਸਕੂਲ 'ਚ ਛੁੱਟੀ ਤਾਂ ਹੋ ਗਈ ਪਰ ਬੱਚਾ ਘਰ ਨਹੀਂ ਪਹੁੰਚਿਆ। ਬੱਚੇ ਨੂੰ ਲੱਭਣ ਲਈ ਪਰਿਵਾਰ ਇੱਧਰ ਉੱਧਰ ਵੀ ਗਿਆ, ਪਰ ਹਾਲੇ ਤੱਕ ਕੁਝ ਪਤਾ ਨਹੀਂ ਚੱਲ ਸਕਿਆ। 14 ਸਾਲ ਦਾ ਜੀ, ਕਪਿਆਲ ਸਕੂਲ 'ਚ ਗਿਆ ਜੀ ਪੜ੍ਹਨ, ਉਦੋਂ ਬਾਅਦ ਲਾਪਤਾ ਜੀ। ਕਾਹਦੇ 'ਤੇ ਗਿਆ ਸੀ ਸਕੂਲ? ਸਾਈਕਲ 'ਤੇ ਗਿਆ ਜੀ, ਸਾਈਕਲ 'ਤੇ ਗਿਆ ਜੀ। ਫਿਰ ਉੱਥੇ ਪਤਾ ਕਰਿਆ ਜੀ 12 ਵਜੇ, ਉਹ ਕਹਿੰਦੇ ਜੀ ਉਰੋਂ ਵੱਗ ਗਿਆ। ਹਾਂ, ਆਇਆ ਨਹੀਂ ਜੀ ਉਦੋਂ ਬਾਅਦ ਘਰ। ਪੁਲਿਸ ਨੂੰ ਤਲਾ ਦਿੱਤੀ ਸੀ? ਅਸੀਂ ਦੂਏ ਕੱਲ੍ਹ ਗਏ ਜੀ ਪੁਲਿਸ ਲਵੇ। ਹਾਂ ਜੀ, ਕੀ ਮੰਗ ਕਰਦੇ? ਮੰਗ ਐਂ ਕਰਦੇ ਵੀ ਉਰੇ ਆਉਣਾ ਚਾਹੀਦਾ ਜੀ ਆਪਣਾ ਘਰੇ ਬੱਚਾ। ਮਾਂ ਬਾਪ ਨੇ ਇਹੀ ਲਿਖਾਇਆ ਵੀ ਸਕੂਲ ਗਿਆ ਸੀ ਸਵੇਰੇ 7 ਵਜੇ, ਜਦੋਂ ਸ਼ਾਮ ਨੂੰ 25 ਤਰੀਕ ਨੂੰ ਨਾ ਆਇਆ, ਉਹਨਾਂ ਨੇ ਫਿਰ ਪੜਤਾਲ ਕੀਤੀ ਉਹਦੀ। ਸਕੂਲ 'ਚ ਜਾ ਕੇ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਬੱਚੇ ਨੇ 20 ਤਰੀਕ ਨੂੰ ਪੇਪਰ ਦਿੱਤਾ ਸੀ ਉਹਨਾਂ ਲਈ, ਉਸ ਤੋਂ ਬਾਅਦ ਜਿਹੜਾ ਉਹਦਾ 21 ਨੂੰ ਐਤਵਾਰ ਸੀ, 22, 23, 24, 25 ਦੇ ਸਾਰੇ ਪੇਪਰ ਉਹਨੇ ਮਿਸ ਕੀਤੇ ਨੇ। ਅਤੇ ਬਾਕੀ ਅਸੀਂ ਪਰਚਾ ਦਰਜ ਕੀਤਾ, ਤਫਤੀਸ਼ ਕਰ ਰਹੇ ਹਾਂ ਬੱਚੇ ਕਰਕੇ। ਉਧਰ ਪੁਲਿਸ ਦਾ ਕਹਿਣਾ ਹੈ ਕਿ ਉਹ ਬੱਚਿਆਂ ਦੀ ਤਲਾਸ਼ ਕਰ ਰਹੇ ਨੇ, ਪਰ ਹਾਲੇ ਤੱਕ ਕੁਝ ਵੀ ਹੱਥ ਨਹੀਂ ਲੱਗਿਆ। ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਅਚਾਨਕ ਬੱਚਿਆਂ ਦਾ ਲਾਪਤਾ ਹੋਣਾ ਜਿੱਥੇ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ 'ਤੇ ਸਵਾਲ ਖੜ੍ਹੇ ਕਰਦਾ ਹੈ, ਉੱਥੇ ਹੀ ਲੋਕਾਂ ਲਈ ਇੱਕ ਚਿੰਤਾ ਦਾ ਵਿਸ਼ਾ ਬਣ ਚੁੱਕਿਆ। ਲੋਕ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਪਰੇਸ਼ਾਨ ਨੇ। ਭਵਾਨੀਗੜ੍ਹ ਤੋਂ ਰਾਜੀਵ ਸ਼ਰਮਾ ਆਜ਼ਾਦ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9563 9563।